ਚਿੱਟੀ ਮੱਖੀ ਕਾਰਨ ਨਰਮੇ ਦੀ ਹੋਈ ਬਰਬਾਦੀ ਤੇ ਨਕਲੀ ਕੀਟਨਾਸ਼ਕਾਂ ਦੀ ਖਰੀਦ ਕਾਰਨ ਚਰਚਾ ਵਿੱਚ ਰਹੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਇੱਥੇ ਤੋਤਾ ਸਿੰਘ ਅਕਾਲੀ ਸਰਕਾਰ ਦੀ ਪੈਰਵੀ ਕਰਦੇ ਹੀ ਨਜ਼ਰ ਆਏ ਨੇ। ਉਹਨਾਂ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਦੀ ਗੱਲ ਕਰਦੇ ਹੋਇਆਂ ਕਾਂਗਰਸ ਪਾਰਟੀ ਉੱਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਰਾਜ ਵਿੱਚ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਇੱਕ ਪੈਸਾ ਤੱਕ ਨਹੀਂ ਦਿੱਤਾ, ਜਦੋਂ ਕਿ ਅਕਾਲੀ ਸਰਕਾਰ ਦੁਆਰਾ 700 ਕਰੋੜ ਰੁਪਏ ਦਾ ਪੈਕੇਜ ਕਿਸਾਨਾਂ ਨੂੰ ਦਿੱਤਾ ਗਿਆ। ਪਰ ਜਦੋਂ ਮੰਤਰੀ ਜੀ ਨੂੰ ਮਾਨਸਾ ਜ਼ਿਲ੍ਹੇ ਵਿੱਚ 150 ਕਿਸਾਨ ਖੁਦਕੁਸ਼ੀਆਂ ਦੇ ਪੀੜਤਾਂ ਵਿੱਚੋਂ ਸਿਰਫ 4 ਕਿਸਾਨਾਂ ਨੂੰ ਹੀ ਮੁਆਵਜ਼ਾ ਮਿਲਣ ਦੀ ਗੱਲ ਦੱਸੀ ਗਈ ਤਾਂ ਮੰਤਰੀ ਜੀ ਪਹਿਲਾਂ ਇਸ ਤੋਂ ਇਨਕਾਰ ਹੀ ਕਰਦੇ ਨਜ਼ਰ ਆਏ, ਪਰ ਬਾਅਦ ਦੇ ਵਿੱਚ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਕਿਵੇਂ ਹੋ ਸਕਦੇ ਨੇ? ਬੈਠੋ ਪਲੀਜ਼, ਬੈਠ ਜਾਓ। ਲਓ ਲਓ, ਨਹੀਂ ਤੁਹਾਨੂੰ ਦੱਸੋ, ਮੈਂ ਰਿਪੋਰਟ ਦੀ ਪਰੀਖਾ ਵੀ ਕਰ ਲੈਣੀ ਜਿਹੜੀ ਮੇਰੇ ਧਿਆਨ 'ਚ, ਜਿਹੜੀ ਗੱਲ ਪਤਾ ਨਹੀਂ ਕਿਹਦੀ, ਤੁਸੀਂ ਧਿਆਨ 'ਚ ਲਿਆਂਦੀ ਆ, ਤੁਹਾਡੀ ਤਸੱਲੀ ਕਰਾਵਾਂਗੇ। ਇਹਨਾਂ ਹੀ ਨਹੀਂ, ਉਹਨਾਂ ਨੇ ਹਰਿਆਣਾ ਦੇ ਕਿਸਾਨਾਂ ਦੀ ਬਜਾਏ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜ਼ਿਆਦਾ ਰੌਲਾ ਪਾਉਣ ਵਾਲੇ ਦੱਸਦੇ ਹੋਇਆਂ ਕਿਸਾਨਾਂ ਨੂੰ ਸਿਆਸੀ ਹਿੱਤਾਂ ਖਾਤਰ ਵਰਤੇ ਜਾਂਦੇ ਕਰਾਰ ਦਿੱਤਾ ਹੈ। ਇਹ ਕੁਦਰਤੀ ਕਰੋਪੀ ਸੀ, ਤੁਹਾਡੇ ਸਾਹਮਣੇ ਹਰਿਆਣੇ 'ਚ ਵੀ ਸੀ, ਰਾਜਸਥਾਨ 'ਚ ਵੀ ਸੀ ਔਰ ਪਾਕਿਸਤਾਨ ਦੇ ਕੋਈ ਹਿੱਸੇ 'ਚ ਵੀ, ਨੌਰਥ ਭਾਰਤ ਸਾਰੀ ਸੀਗੀ। ਮੇਰਾ ਕਹਿਣ ਤੋਂ ਭਾਵ ਕਿ ਇਹ ਕੋਈ ਕਿਸੇ ਨੇ ਪੈਦਾ ਨਹੀਂ ਕੀਤੀ, ਜਾਂ ਹਿੰਦ ਪੰਜਾਬ ਵਾਲੇ ਅਸੀਂ ਚਿੱਟੀ ਮੱਖੀ ਉੱਥੇ ਰਾਜਸਥਾਨ ਹੀ ਛੱਡ ਕੇ, ਰਾਜਸਥਾਨ 'ਚ ਸਾਰਾ 100% ਗੁਆਰਾ ਮਰ ਗਿਆ, ਕਿੰਨੀ ਫਸਲ ਹੁੰਦੀ ਹੈ ਨਰਮੇ ਦਾ ਬਾਕੀ ਅਸਰ। ਸਿਰਫ ਮੈਂ ਆਪ ਪਿੰਡਾਂ 'ਚ ਫਿਰ ਕੇ ਦੇਖ ਕੇ ਆਇਆ, ਜਿੱਥੇ ਗੇਤਾ ਨਰਮਾ ਸੀ ਉਹ ਬਚਿਆ, ਜਿੱਥੇ ਪਿਛੇਤਾ ਨਰਮਾ ਉਹਦਾ 100% ਨੁਕਸਾਨ ਹੋਇਆ। ਇੱਕੋ ਇੱਕ ਪਹਿਲੀ ਸਰਕਾਰ ਆ, ਮੈਂ 21 ਅਗਸਤ ਨੂੰ ਮੁੱਖ ਮੰਤਰੀ ਨੂੰ ਅਪੀਲ ਕੀਤੀ ਨੋਟ ਲਿਖ ਕੇ, ਮੇਰੀ ਰਿਕੁਐਸਟ ਆ ਵੀ ਮੈਂ ਆਪ ਫਿਰ ਕੇ ਆਇਆ ਪਿੰਡਾਂ ਦੇ ਵਿੱਚ, ਬਹੁਤ ਜ਼ਿਆਦਾ ਨਰਮੇ ਦਾ ਨੁਕਸਾਨ ਹੋਇਆ, ਆਪਾਂ ਸਪੈਸ਼ਲ ਗਰਦੌਰੀ ਕਰਾਈਏ ਔਰ ਮੇਰੀ ਬੇਨਤੀ ਮੰਨੀ ਮੁੱਖ ਮੰਤਰੀ ਸਪੈਸ਼ਲ ਗਰਦੌਰੀ 24-25 ਫਰਵਰੀ ਨੂੰ ਆਰਡਰ, 21 ਅਗਸਤ ਨੂੰ ਆਰਡਰ ਕੀਤੇ। ਪਹਿਲੀ ਆਰ ਆ, ਤੁਸੀਂ ਦੱਸੋ ਅਮਰਿੰਦਰ ਦਾ ਰਾਜ ਸੀ 2002 'ਚ, ਮੇਰੇ ਕੋਲ ਅੱਜ ਰਿਕਾਰਡ ਵੀ ਹੈਗਾ, 18,000 ਏਕੜ ਨਰਮਾ ਸੀ ਉਦੋਂ, ਇੱਕ ਕੁਇੰਟਲ ਐਵਰੇਜ ਨਹੀਂ ਆਈ ਏਕੜ ਦੀ ਉਸ ਵੇਲੇ। ਕਿਸੇ ਨੇ ਉਹ ਜਦੋਂ ਅਮਰੀਕਨ ਸੁੰਡੀ ਪਈ, ਕਿਸੇ ਨੇ ਧੇਲਾ ਦਿੱਤਾ। 60 ਸਾਲ ਦੇ ਅਸੀਂ ਨਰਮਾ ਬੀਜਦੇ ਹਾਂ, ਅਸੀਂ ਬੀਜਦੇ ਰਹੇ, ਹੁਣ 20 ਸਾਲ ਦੇ ਹਟੇ ਹਾਂ, ਝੋਨਾ ਬੀਜਣ ਲੱਗੇ ਹਾਂ, ਪਹਿਲਾਂ ਨਰਮਾ ਬੀਜਦੇ ਸੀ। ਕਿਸੇ ਨੇ ਧੇਲਾ ਨਹੀਂ ਦਿੱਤਾ ਸੀਗਾ ਸਾਨੂੰ ਜਦੋਂ ਸਾਡਾ ਨਰਮਾ ਮਰ ਜਾਣਾ। ਮੁੜ ਕੇ ਹਾਈਬ੍ਰਿਡ ਲਿਆਂਦਾ, ਫਿਰ ਬੀਟੀ ਕਾਟਨ ਆਈ 2006 'ਚ, 2006 'ਚ ਬੀਟੀ ਕਾਟਨ ਬਚੀ, ਹੁਣ ਬੀਟੀ ਕਾਟਨ ਵੀ ਉਹਦਾ ਅਸਰ ਵੀ ਘੱਟ ਰਿਹਾ। ਇਸ ਲਈ ਜਿਹੜੀ ਚਿੱਟੀ ਮੱਖੀ ਆ ਉਹਦਾ ਅਸਰ ਵੱਡਾ ਹੀ ਇਸ ਹੋਇਆ। ਇਹੀ ਚਿੱਟੀ ਮੱਖੀ ਹਰਿਆਣੇ 'ਚ ਆ, ਰਾਜਸਥਾਨ 'ਚ ਆ, ਉੱਥੇ ਕੋਈ ਰੌਲਾ ਨਹੀਂ ਪਾਉਂਦਾ। ਜੇ ਇਲੈਕਸ਼ਨ ਜੀਅਰ ਹੁੰਦਾ ਉੱਥੇ ਪੈਣਾ ਸੀ, ਸਾਡਾ ਇਲੈਕਸ਼ਨ ਜੀਅਰ 4 ਸਾਲ ਨੂੰ ਹੁੰਦਾ, ਇੱਥੇ ਕਿਸੇ ਨੇ ਰੌਲਾ ਨਹੀਂ ਪਾਉਣਾ ਸੀ।